ਅੱਬੇ ਹੱਥੋਂ ਦੁਖੀ ਹੋਣੇ ਐ ਮਰਨ ਲੱਗੇ ਪੀੜ ਕਿੰਨੀ ਹੁੰਦੀ ਹੈ ਇਸ ਮੁਲਕ 'ਚ ਜ਼ਿੰਦਾ ਰਹਿਣ ਨਾਲੋਂ ਘੱਟ ਹੀ ਹੁੰਦੀ ਮੇਰੀ ਤਬੀਅਤ ਨਹੀਂ ਸਹੀ ਰਹਿੰਦੀ ਨਹੀਂ ਤੇ ਮੈਂ ਆਪ ਕਦੋਂ ਦੀ ਖੁਦਕੁਸ਼ੀ ਕਰ ਲੈਣੀ ਸੀ ਕਿਉਂ ਐਸਾ ਕੀ ਹੈ ਇਸ ਮੁਲਕ 'ਚ ਇੱਥੇ ਤੇ ਐਸੇ ਐਸੇ ਡਰਾਮੇ ਹੋ ਰਹੇ ਆ ਕਿ ਸੁਣ ਕੇ ਤੇਰੀ ਤਬੀਅਤ ਫਰੈਸ਼ ਹੋ ਜਾਏ ਹੁਣ ਤੂੰ ਦੇਖ ਪੈਟਰੋਲ ਇੱਥੇ ਸਸਤਾ ਹੀ ਤੇ ਮਿੱਟੀ ਦਾ ਤੇਲ ਮਹਿੰਗਾ ਹੀ ਕੈਸਾ ਫਿਰ ਇਹ ਤੇ ਬਹੁਤ ਹੀ ਹੈਰਾਨ ਕਰਨ ਗੱਲ ਦਾ ਤੇਰੇ ਲਈ ਇਹ ਹੈਰਾਨ ਕਰਨ ਹੋ ਗਈ ਇੱਥੇ ਤੇ ਬਹੁਤ ਡਰਾਮੇ ਹੁੰਦੇ ਆ ਨਹੀਂ ਤੇ ਕੀ ਗੱਲ ਇਸ ਮੁਲਕ 'ਚ ਪੁੱਛਣ ਗਿੱਛਣ ਵਾਲਾ ਕੋਈ ਨਹੀਂ ਹੈਗੇ ਹੈਗੇ ਕਿਉਂ ਨਹੀਂ ਤੇ ਉਹਨਾਂ ਨੂੰ ਦੱਸੋ ਤੁਸੀਂ ਅੱਜ ਤੇ ਚਲੋ ਦਿਨ ਜਿਹੜੇ ਖੁਦਕੁਸ਼ੀ ਕਰਨ ਲੱਗੇ ਆ ਨਾ ਕੱਲ ਨੂੰ ਫਿਰ ਤੇ ਹੋਰ ਵੀ ਕਰਨਗੇ ਤੇ ਕਰੀ ਜਾਣ ਗਵਰਨਮੈਂਟ ਨੂੰ ਕੀ ਫਰਕ ਪੈਂਦਾ ਉਹਨਾਂ ਦੀਆਂ ਤੇ ਪੰਜੇ ਹੀ ਅਮਰੀਕਾ 'ਚ ਲਾ ਬਾਈ ਭਰਾਵੋ ਅਸੀਂ ਹੋਣ ਲੱਗੇ ਆ ਸੁਖੀ ਕਿਉਂਕਿ ਚੀਨੀ ਦਾ ਰੇਟ ਸੁਣ ਕੇ ਮਰਨਾ ਘਿਓ ਦਾ ਸੁਣ ਕੇ ਮਰਨਾ ਤੇ ਸੋਨਾ ਉਹਦਾ ਰੇਟ ਪੁੱਛਣ ਬੰਦਾ ਰਕਸ਼ੇ ਤੇ ਜਾਂਦਾ ਤੇ ਵਾਪਸ 11:22 ਤੇ ਆਉਂਦਾ ਏਦਾਂ ਰੋਜ਼ ਰੋਜ਼ ਮਰਨ ਵਾਲੋ ਚੰਗਾ ਨਹੀਂ ਬਣਦਾ ਇੱਕੋ ਵਾਰੀ ਖੁਦਕੁਸ਼ੀ ਕਰ ਲਵੇ ਆਂਟੀ ਇਹ ਮਰਨ ਲੱਗੇ ਆ ਕੀ ਪਤਾ ਪੁੱਤ ਮੈਂ ਤੇ ਆਪ ਹੋਣਾ ਹੀ ਸਾਡੀ ਆਖਰੀ ਵਸੀਅਤ ਸੁਣ ਲਓ ਸਾਡੇ ਮਰਨ ਤੋਂ ਬਾਅਦ ਸਾਡੀਆਂ ਕਬਰਾਂ ਤੇ ਤਖਤੀ ਲਾ ਕੇ ਤੇ ਉੱਤੇ ਲਿਖ ਦਿਓ ਕਿ ਬੜੇ ਜ਼ਲੀਲੋ ਖਵਾਰ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਸਵੇਰੇ ਬੱਚੇ ਦਾ ਦੁੱਧ ਲੈਣ ਗਏ ਜੇਬ ਚੋਂ 20 ਰੁਪਏ ਨਹੀਂ ਨਿਕਲੇ ਨਾ ਯਾਰ ਸਾਰਿਆਂ ਦੇ ਸਾਹਮਣੇ ਨਾ ਰੋ ਇੱਕ ਮਿੰਟ ਦੀ ਆ ਲੈ ਹੁਣ ਰੋਈ ਜਾ ਮੇਰੀ ਇਹੀ ਨਸੀਹਤ ਆ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਜਿਸਮ ਦੀ ਹਰ ਸ਼ੈ ਵੇਚ ਕੇ ਤੇ ਉਹਦੇ ਪੈਸੇ ਹਕੂਮਤ ਤੱਕ ਪਹੁੰਚਾ ਦਿਓ ਸ਼ਾਇਦ ਉਹਨਾਂ ਦਾ ਕੁਝ ਬਣ ਜਾਏ ਆ ਚੱਲ ਭਾਈ ਬਸ ਕਰੋ ਮੈਂ ਤੁਹਾਨੂੰ ਫਾਂਸੀ ਦੇ ਕੇ ਇੱਕ ਜਨਾਜ਼ੇ ਤੇ ਵੀ ਜਾਣਾ ਆ ਜਾ ਤੁਸੀਂ ਕੀ ਸਮਝਦੇ ਆ ਤੁਹਾਡੇ ਮਰਨ ਨਾਲ ਕੋਈ ਫਰਕ ਪੈ ਜਾਣਾ ਕਿਸੇ ਨੂੰ ਮੈਂ ਇਹ ਕਹਿਣਾ ਚਾਹੁੰਦਾ ਤੂੰ ਕੁਛ ਨਹੀਂ ਕਹਿਣਾ ਚਾਹਣਾ ਚਾਹੁੰਦਾ ਓ ਯਾਰ ਮੈਨੂੰ ਵੀ ਕੋਈ ਨਸੀਹਤ ਕਰ ਲਾ ਉਹਨੂੰ ਮੈਂ ਹਲੇ ਦੂਜਾ ਗੇੜਾ ਵੀ ਲਾਉਣਾ ਪੁੱਤ ਚੱਲ ਜੰਨਤ ਚ ਆ ਗਏ ਅਸੀਂ ਨਹੀਂ ਤੁਸੀਂ ਹਲੇ ਦੋ ਲੱਖ ਚ ਆ ਮੈਨੂੰ ਇੱਕ ਕੰਮ ਯਾਦ ਆ ਗਿਆ ਮੈਂ ਹੁਣ ਅਗਲੇ ਹਫਤੇ ਖੁਦਕੁਸ਼ੀ ਕਰਾਂਗਾ ਅੱਗ ਤਾਂ ਬੜੀ ਲੱਗੀ ਸੀ ਮਰਨ ਦੀ ਨਹੀਂ ਮੈਂ ਕਿਹਾ ਮੋਟਰਸਾਈਕਲ ਵੇਚ ਕੇ ਮਹੀਨਾ ਘੋਰ ਕੱਢ ਲੈਨੇ